क्वेश्चन नंबर 16 ਦੇ ਵਿੱਚ x plus y is equal 8 और x minus y is equal 2 ਦਾ ਸੋਲੂਸ਼ਨ ਪੁੱਛਿਆ ਆ। ਇਹਨਾਂ ਨੂੰ ਅਸੀਂ ਐਡ ਕਰਾਂਗੇ ਦੋਵਾਂ ਇਕੁਏਸ਼ਨਸ ਨੂੰ। ਪਲੱਸ ਮਾਈਨਸ y ਨਾਲ y ਬੱਚੇ ਕੈਂਸਲ ਹੋ ਗਏ, x ਤੇ x 2x ਹੋ ਗਈ, 1 ਤੇ 1 2x, 8 ਤੇ 2 10। ਹੁਣ x ਦੀ ਜਿਹੜੀ ਵੈਲਿਊ 5 ਆ ਗਈ, 2 ਨਾਲ 10 ਡਿਵਾਈਡ ਹੋ ਗਿਆ। ਹੁਣ ਜਿਹੜੀ x ਦੀ ਵੈਲਿਊ 5 ਆਈ ਹੈ ਨਾ ਉੱਪਰ ਵਾਲੀ ਇਕੁਏਸ਼ਨ ਦੇ ਵਿੱਚ, ਮੈਂ ਪੁੱਟ ਕਰਨ ਜਾ ਰਹੀ ਹਾਂ ਫਸਟ ਦੇ ਵਿੱਚ, ਅਤੇ y ਦੀ ਵੈਲਿਊ ਜਿਹੜੀ 5 8 ਵਿੱਚ ਜਾ ਕੇ ਮਾਈਨਸ ਹੋ ਗਿਆ 3, ਯਾਨੀ ਕਿ a ਪਾਰਟ 5,3 ਤੁਹਾਡਾ ਆਂਸਰ ਆ ਗਿਆ ਇਹਦੇ ਵਿੱਚ। ਕੁਸ਼ਚਨ ਨੰਬਰ 16 ਦੇ ਵਿੱਚ ਕੀ ਹੈ, k ਦੀ ਵੈਲਿਊ ਫਾਇੰਡ ਕਰਨ ਨੂੰ ਕਿਹਾ ਆ ਤੁਹਾਨੂੰ, ਅਤੇ ਇਸ k ਦੀ ਵੈਲਿਊ ਦੇ ਵਿੱਚ ਦੋ ਇਕੁਏਸ਼ਨ ਦਿੱਤੀਆਂ, ਉਹ ਯੂਨੀਕ ਸੋਲਿਊਸ਼ਨ ਕਿਹਾ ਆ। ਹੁਣ ਯੂਨੀਕ ਸੋਲਿਊਸ਼ਨ ਵਾਲਾ ਆਪਾਂ ਕਿੱਦਾਂ ਕਰਦੇ ਹੁੰਦੇ ਹਾਂ, ਇਹਨਾਂ ਦੋਵਾਂ ਇਕੁਏਸ਼ਨ ਦਾ ਸਾਨੂੰ ਯੂਨੀਕ ਸੋਲਿਊਸ਼ਨ ਦਿੱਤਾ। ਯੂਨੀਕ ਸੋਲਿਊਸ਼ਨ ਦੇ ਵਿੱਚ ਅਸੀਂ C1 C2 ਦੀਆਂ ਵੈਲਿਊਜ਼ ਨਹੀਂ ਲੈਂਦੇ, ਔਰ ਇਹ ਵਾਈ B1 B2 ਦੀਆਂ ਵੈਲਿਊਜ਼ ਮੈਂ ਲੈ ਲਈਆਂ। ਪਲੱਸ ਦਾ ਸਾਈਨ ਮੈਂ ਰਿਮੂਵ ਕਰ ਦਿੱਤਾ, A1 ਔਰ A2 ਯਾਨੀ ਕਿ x ਦੀਆਂ ਵੈਲਿਊ ਅਤੇ y ਦੀਆਂ ਵੈਲਿਊ ਲੈ ਲਈਆਂ ਆਪਾਂ। ਹੁਣ ਦੇਖੋ ਬੱਚੇ, ਯੂਨੀਕ ਸੋਲਿਊਸ਼ਨ ਦੇ ਵਿੱਚ ਕੀ ਹੁੰਦਾ ਕਿ A1 A2 ਨੋਟ ਇਕੁਅਲ ਟੂ B1 B2। ਆਪਾਂ ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕਰ ਦਾਂਗੇ, 5 ਨੂੰ k ਨਾਲ ਮਲਟੀਪਲਾਈ ਕੀਤਾ, 5k ਨੋਟ ਇਕੁਅਲ ਦਾ ਸਾਈਨ 3 2 6 ਆ ਗਿਆ, ਔਰ ਜਿਹੜਾ 5 ਇੱਧਰ k ਦੇ ਨਾਲ ਮਲਟੀਪਲਾਈ ਹੋ ਰਿਹਾ, 6 ਨਾਲ ਜਾ ਕੇ ਡਿਵਾਈਡ ਹੋ ਜਾਏਗਾ। ਇਟ ਮੀਨਸ ਤੁਹਾਡਾ ਸੀ ਪਾਰਟ ਆਂਸਰ ਇਹਦੇ ਨਾਲ ਮੈਚ ਹੋ ਰਿਹਾ ਆ। ਕੁਸ਼ਚਨ ਨੰਬਰ 18 ਦੇ ਵਿੱਚ ਪੀ ਦੀ ਵੈਲਿਊ ਫਾਇੰਡ ਕਰਨ ਨੂੰ ਕਿਹਾ ਹੈ ਅਤੇ ਯੂਨੀਕ ਸੋਲਿਊਸ਼ਨ ਕਿਹਾ ਦੋਵਾਂ ਇਕੁਏਸ਼ਨਸ ਦਾ। ਇਸ ਦੇ ਵਿੱਚ ਸਾਨੂੰ ਯੂਨੀਕ ਸੋਲਿਊਸ਼ਨ ਕਿਹਾ ਆ, ਫਿਰ ਆਪਾਂ ਸੀ ਦੀਆਂ ਵੈਲਿਊਜ਼ ਜਿਹੜੀਆਂ ਉਹ ਨਹੀਂ ਲੈਣੀਆਂ ਹੁੰਦੀਆਂ। ਯੂਨੀਕ ਸੋਲਿਊਸ਼ਨ ਦੇ ਵਿੱਚ A1 A2 ਨੋਟ ਇਕੁਅਲ ਟੂ B1 B2, ਔਰ ਵਾਈ ਦੀਆਂ ਵੈਲਿਊਜ਼ ਲੈ ਲੈਣੀਆਂ B1 B2। ਪਲੱਸ ਦਾ ਸਾਈਨ ਮੈਂ ਰਿਮੂਵ ਕਰ ਦਿੱਤਾ, ਐਕਸ ਦੀਆਂ ਵੈਲਿਊਜ਼ ਲੈ ਲੈਣੀਆਂ A1 A2। ਠੀਕ ਹੈ, ਹੁਣ ਦੇਖੋ ਯੂਨੀਕ ਸੋਲਿਊਸ਼ਨ ਦੀ ਗੱਲ ਕੀਤੀ ਹੈ। ਯੂਨੀਕ ਸੋਲਿਊਸ਼ਨ ਦੇ ਵਿੱਚ ਅਸੀਂ ਨੋਟ ਇਕੁਅਲ ਟੂ ਦਾ ਸਾਈਨ ਪਾਉਂਦੇ ਹਾਂ, ਨੀਚੇ ਵਾਲੇ 2 ਨਾਲ 2 ਡਾਇਰੈਕਟ ਕੈਂਸਲ ਕਰ ਸਕਦੇ ਹੋ, ਅਤੇ ਪੀ ਦੀ ਵੈਲਿਊ ਕੀ ਬਚਦੀ ਆ, ਪੀ ਨੋਟ ਇਕੁਅਲ ਟੂ 4 ਯਾਨੀ ਕਿ ਬੀ ਪਾਰਟ। 19 ਨੰਬਰ ਕੁਸ਼ਚਨ ਦੇ ਵਿੱਚ ਮੈਨੀ ਸੋਲਿਊਸ਼ਨ ਕਿਹਾ ਆ, ਦੋ ਇਕੁਏਸ਼ਨ ਦਿੱਤੀਆਂ, ਇਹਨਾਂ ਨੂੰ ਸੋਲਵ ਕਰਦੇ ਹਾਂ ਆਪਾਂ। ਇਸ ਕੁਸ਼ਚਨ ਵਿੱਚ ਮੈਨੀ ਸੋਲਿਊਸ਼ਨ ਕਿਹਾ ਆ, ਮੈਨੀ ਸੋਲਿਊਸ਼ਨ ਦੇ ਵਿੱਚ ਅਸੀਂ ਤਿੰਨੇ ਪਾਰਟਸ ਇਕੁਅਲ ਲੈਣੇ ਆ, ਐਕਸ ਦੀਆਂ ਔਰ ਵਾਈ ਦੀਆਂ ਵੈਲਿਊਸ ਵੀ ਮੈਂ ਇਕੁਅਲ ਲੈ ਰਹੀ ਹਾਂ, ਔਰ ਜਿਹੜੀ B1 B2 ਦੀ ਵੈਲਿਊ 3/k ਉਹ ਮੈਂ ਸੀ ਦੀਆਂ ਵੈਲਿਊਜ਼ ਦੀ ਇਕੁਅਲ ਲੈ ਰਹੀ ਹਾਂ। ਸਭ ਤੋਂ ਪਹਿਲਾਂ ਅਸੀਂ ਪਹਿਲੀਆਂ ਦੋਵਾਂ ਇਕੁਏਸ਼ਨਸ ਦਾ ਕ੍ਰੋਸ ਮਲਟੀਪਲਾਈ ਕਰਾਂਗੇ। ਮੈਨੀ ਸੋਲਿਊਸ਼ਨ ਦੇ ਵਿੱਚ ਤਿੰਨੇ ਇਕੁਅਲ ਲੈਣੇ ਆਪਾਂ, ਕੇ ਨੂੰ ਕੇ ਨਾਲ ਮਲਟੀਪਲਾਈ ਕੀਤਾ K² 12 ਨੂੰ 3 ਨਾਲ ਮਲਟੀਪਲਾਈ ਕੀਤਾ 36। ਜਿਹੜਾ ਕੇ ਦੇ ਉੱਪਰ ਸਕੇਅਰ ਆ ਉਹਦੇ ਜਾ ਕੇ ਸਕੇਅਰ ਰੂਟ ਵਿੱਚ ਚੇਂਜ ਹੋ ਗਿਆ, ਦੋ ਸਾਈਨ ਇਕੱਠੇ ਲੱਗ ਜਾਣੇ ਆ ਪਲੱਸ ਮਾਈਨਸ। 36 ਦਾ ਸਕੇਅਰ ਰੂਟ ਕੀ ਹੁੰਦਾ ਆ 6, ਦੋ ਸਾਈਨ ਦੀਆਂ ਵੈਲਿਊਜ਼ ਆ ਗਈਆਂ। ਹੁਣ ਅਸੀਂ ਥਰਡ ਵਾਲਾ ਵੀ ਸੋਲਿਊਸ਼ਨ ਕਰਕੇ ਦੇਖ ਲੈਂਦੇ ਹਾਂ, ਕੇ ਨੂੰ 3 ਨਾਲ ਮਲਟੀਪਲਾਈ ਕੀਤਾ 3K ਆ ਗਿਆ। ਦੇਖੋ ਇਹਦੇ ਵਿੱਚ ਨਾ ਮੈਂ ਡਾਇਰੈਕਟ ਕਰ ਰਹੀ ਹਾਂ। ਹੁਣ ਅਸੀਂ ਥਰਡ ਵਾਲਾ ਵੀ ਸੋਲਿਊਸ਼ਨ ਕਰਕੇ ਦੇਖ ਲੈਂਦੇ ਹਾਂ, ਕੇ ਨੂੰ 3 ਨਾਲ ਮਲਟੀਪਲਾਈ ਕੀਤਾ 3K ਆ ਗਿਆ। ਦੇਖੋ ਇਹਦੇ ਵਿੱਚ ਨਾ ਮੈਂ ਡਾਇਰੈਕਟ ਕਰ ਰਹੀ ਹਾਂ, ਆਪਾਂ ਨੂੰ ਇੰਨਾ ਲੰਬਾ ਚੌੜਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕੀ ਕਰਿਆ ਕਰੋ ਕਿ ਇਹ ਜਿਹੜਾ ਨੀਚੇ ਵਾਲਾ ਕੇ ਨਾ ਕੇ ਕੈਂਸਲ ਕਰ ਦਿਆ ਕਰੋ। ਹੁਣ ਦੇਖੋ ਤੁਹਾਡੇ ਕੋਲ ਉੱਪਰ ਵਾਲੀ ਇਕੁਏਸ਼ਨ ਬਚ ਗਈ, ਅਤੇ ਜਿਹੜਾ -3K ਦੇ ਨਾਲ ਲੱਗਾ ਆ ਉਹ ਦੂਸਰੇ ਪਾਸੇ ਜਾ ਕੇ ਇਹ ਵਾਲੇ 3 ਦੇ ਵਿੱਚ ਕੀ ਹੋ ਜਾਏਗਾ, ਪਲੱਸ ਹੋ ਜਾਏਗਾ। ਹੁਣ ਇਹਦੇ ਵਿੱਚ ਵੈਲਿਊ ਜਿਹੜੀ ਹੈ ਉਹ 6 ਪੋਜ਼ਿਟਿਵ ਆ ਰਹੀ, ਇਟ ਮੀਨਸ ਕਿ ਆਪਾਂ ਨੈਗੇਟਿਵ ਦੀ ਵੈਲਿਊ ਨਹੀਂ ਲੈਣੀ। ਜਿਹੜੀ ਦੋਵਾਂ ਵਿੱਚ ਕੋਮਨ ਆ ਉਹ ਲੈਣੀ ਹੈ ਪੋਜ਼ਿਟਿਵ ਦੀ, 6 ਵੈਲਿਊ ਜਿਹੜੀ ਆ ਉਹ ਤੁਹਾਡਾ ਆਨਸਰ ਆ। 20 ਨੰਬਰ ਕੁਸ਼ਚਨ ਦੇ ਵਿੱਚ ਪੀ ਦੀ ਵੈਲਿਊ ਫਾਇੰਡ ਕਰਨ ਨੂੰ ਕਿਹਾ ਆ, ਤਾਂ ਯੂਨੀਕ ਸੋਲਿਊਸ਼ਨ ਸਾਨੂੰ ਉਹਨਾਂ ਨੇ ਕਿਹਾ ਆ। ਇਸ ਕੁਸ਼ਚਨ ਦੇ ਵਿੱਚ ਫਿਰ ਯੂਨੀਕ ਸੋਲਿਊਸ਼ਨ ਕਿਹਾ ਆ ਔਰ ਪੀ ਦੀ ਵੈਲਿਊ ਫਾਇੰਡ ਕਰਨ ਨੂੰ ਕਿਹਾ ਆ। ਹੁਣ ਪੀ ਦੀ ਵੈਲਿਊ ਫਾਇੰਡ ਕਰਨ ਨੂੰ ਕਿਹਾ ਯੂਨੀਕ ਸੋਲਿਊਸ਼ਨ, ਆਪਾਂ C1 C2 ਦੀਆਂ ਵੈਲਿਊਜ਼ ਨਹੀਂ ਲੈਣੀਆਂ, y ਦੀਆਂ ਵੈਲਿਊਜ਼ ਲੈਣੀਆਂ। ਉੱਪਰ ਵਾਲੇ y ਦੇ ਨਾਲ ਕੁਛ ਵੀ ਨਹੀਂ ਲੱਗਾਗਾ, ਇਟ ਮੀਨਸ ਕਿ ਮਾਈਨਸ ਦਾ ਇਹਦੀ ਜਗ੍ਹਾ 'ਤੇ ਆਪਾਂ ਮਾਈਨਸ ਦਾ 1 ਲਿਖ ਸਕਦੇ ਹਾਂ। ਠੀਕ ਹੈ, ਹੁਣ ਇਸ ਤੋਂ ਅੱਗੇ ਜਿਹੜਾ ਨੋਟ ਇਕੁਅਲ ਦਾ ਸਾਈਨ ਇਹਨਾਂ ਦੇ ਵਿੱਚ ਪਾਉਣਾ ਆ, ਕਿਉਂਕਿ ਯੂਨੀਕ ਸੋਲਿਊਸ਼ਨ ਕਿਹਾ ਆ ਉਹਨਾਂ ਨੇ। ਪੀ ਨੂੰ 4 ਨਾਲ ਮਲਟੀਪਲਾਈ ਕੀਤਾ, ਕ੍ਰੋਸ ਮਲਟੀਪਲਾਈ ਕਰਨਾ 4P ਆ ਗਿਆ। 8 ਨੂੰ -1 ਨਾਲ ਮਲਟੀਪਲਾਈ ਕੀਤਾ, ਮਾਈਨਸ ਦਾ 8 ਆ ਗਿਆ ਨੋਟ ਇਕੁਅਲ ਟੂ ਦਾ ਸਾਈਨ। ਹੁਣ ਜਿਹੜਾ ਇਹ ਜਿਹੜਾ 4 ਆ ਉਹ 8 ਦੇ ਨਾਲ ਕੀ ਜਾ ਕੇ ਹੋ ਜਾਏਗਾ ਡਿਵਾਈਡ, 4 ਨੂੰ 8 ਨਾਲ ਡਿਵਾਈਡ ਕੀਤਾ ਅਤੇ ਪੀ ਦੀ ਵੈਲਿਊ ਨੈਗੇਟਿਵ -2 ਆ ਜਾਏਗੀ, ਨੋਟ ਇਕੁਅਲ। ਬੀ ਪਾਰਟ ਤੁਹਾਡਾ ਮੈਚ ਕਰ ਰਿਹਾ ਇਹਦੇ ਨਾਲ। ਨੈਕਸਟ 21 ਨੰਬਰ ਕੁਸ਼ਚਨ ਸੋਲਿਊਸ਼ਨ ਪੁੱਛਿਆ ਹੋਇਆ ਸਾਨੂੰ ਉਹਨਾਂ ਨੇ, ਦੋ ਇਕੁਏਸ਼ਨ ਦਿੱਤੀਆਂ ਆ। ਅਸੀਂ A1 A2 B1 B2 C1 C2 ਦੀਆਂ ਵੈਲਿਊਜ਼ ਨੂੰ ਕੰਪੇਅਰ ਕਰਨ ਜਾ ਰਹੇ ਹਾਂ ਇਸ ਦੇ ਵਿੱਚ। ਐਕਸ ਦੀਆਂ ਵੈਲਿਊਜ਼ ਮੈਂ ਰਿਮੂਵ ਕਰ ਲਈਆਂ, ਪਲੱਸ ਮਾਈਨਸ ਦਾ ਸਾਈਨ ਬੇਸ਼ੱਕ ਭਾਵੇਂ ਲੱਗੇ ਰਹਿਣ ਦਿਉ। ਹੁਣ ਦੇਖੋ ਬੱਚੇ, ਉਹਨਾਂ ਨੇ ਸਾਨੂੰ ਸੋਲਿਊਸ਼ਨ ਪੁੱਛਿਆ ਆ ਕਿ ਇਹਦੇ ਵਿੱਚ ਕਿਹੜਾ ਸੋਲਿਊਸ਼ਨ ਆਏਗਾ। ਇਹਨੂੰ ਆਪਾਂ A1 A2 ਦੀਆਂ ਵੈਲਿਊਜ਼ ਨੂੰ ਲਿਆ ਅਤੇ 1.2 ਆ ਗਿਆ, B1 B2 ਦੀਆਂ ਵੈਲਿਊਜ਼ ਨੂੰ ਲਿਆ ਅਤੇ ਮਾਈਨਸ ਦਾ 1.2 ਆ ਰਿਹਾ ਆ, ਜਿਹੜਾ ਕਿ ਨੋਟ ਇਕੁਅਲ ਯੂਨੀਕ ਸੋਲਿਊਸ਼ਨ ਬਣਾਉਂਦਾ ਵਾ ਇਹਦੇ ਵਿੱਚ। 22 ਨੰਬਰ ਕੁਸ਼ਚਨ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਸੋਲਿਊਸ਼ਨ ਪੁੱਛਿਆ ਹੈ, ਐਸ 21 ਨੰਬਰ ਕੁਸ਼ਚਨ ਅਸੀਂ ਇਹਨੂੰ ਕੰਪੇਅਰ ਕਰਕੇ ਸੋਲਵ ਕਰਾਂਗੇ।
इस सोल्यूशन पूछा है। सोल्यूशन असी एक्स दी वैल्यूज लवेंगे, वाई दी वैल्यूज लवेंगे और सी वन सी टू दी वैल्यूज लवेंगे। हम देखो बच्चे आ माइनस ना माइनस कैंसल हो गए, ठीक है, ये भी माइनस ना माइनस कैंसल हो गए, चलो सारे पॉजिटिव बन गए। नो इस सोल्यूशन की है कि आप पहले कटिंग करा, ए वन अपॉन टू आ गया, ए भी वन अपॉन टू आ गया, बट ए कला वन आ गया। इट मीनस कि पहले तो इक्वल आ गए ना, ए वन ए टू इक्वल आ गया, बी वन बी टू के है ना वैल्यू सेम आ गया दोवे दियाँ, बट ए वैल्यूज नहीं ना सेम आ रही। सी वन सी टू नॉट इक्वल टू बी वन बी टू, इट मीनस ए नो सोल्यूशन बी पार्ट तो आंसर आऊगा। क्वेश्चन नंबर 23 ग्राफ ऑफ इक्वेशन पूछा है सानू, इन्होंने ये दो इक्वेशन दिखे जी, पहली इक्वेशन है ना वो मैं इधर लिखी है, दूसरी मैं इधर लिखी है। पहली इक्वेशन मैं सही करने जा रही हूँ, एक्स के नीचे वन ले लो, थ्री तो वन का एलसीएम लिया, थ्री आ गया क्रॉस मल्टीप्लाई कर दो, थ्री एक्स वन वन किया वन वाई आ गया, वन नाल लगाने की लोड़ नहीं है। यह जरा थ्री इधर डिवाइड हो रहा, फाइव ना जाके मल्टीप्लाई हो जाएगा। तो तुहाड़ी इक्वेशन है ना वो मैं इधर लिखी है, दूसरी मैं इधर लिखी है। पहली इक्वेशन मैं सही करने जा रही हूँ, एक्स के नीचे वन ले लो, थ्री तो वन का एलसीएम लिया, थ्री आ गया क्रॉस मल्टीप्लाई कर दो, थ्री एक्स वन वन किया वन वाई आ गया, वन नाल लगाने की लोड़ नहीं है। यह जरा थ्री इधर डिवाइड हो रहा, फाइव ना जाके मल्टीप्लाई हो जाएगा। तो तुहाड़ी इक्वेशन कि बन जाएगी, थ्री एक्स प्लस वाई मैं दूसरे पास लिख रही हूँ, थ्री फाइव जा फिफ्टीन। देखो हूँ बच्चे ये की सीगा कि जी पहली इक्वेशन सी वो ए वाली सी, दूसरी इक्वेशन ए सी, इन्हों मैं इक्वल कर लिया है। हम देखो ये तो सेम बन गया ना, इन्हों वैल्यूज भी तो फिर सेम ही आनगिया, जेकर वैल्यू सेम है इट मीनस ए वन ए टू जरा वा बी वन बी टू के इक्वल, और बी वन बी टू कि इक्वल आ गया सी वन सी टू के, इट मीनस ये को इंसीडेंट लाइनस जो बन जाए। 24 नंबर क्वेश्चन के कंपेयर करा तो फिर सूँ ग्राफ पता लगेगा कि किस तरीके ग्राफ यदा लाइन का बन रहा है। इस इक्वेशन अगेन असी ए वन ए टू बी वन बी टू मैं मैच कर जा रही हूँ, सी वन सी टू की गल आप बाद करते हैं, ठीक है। एक ये नैगेटिव आ एक पॉजिटिव आ। हम देखो इन्हों आप कटिंग करा तो ए तो आ गया वन अपॉन थ्री, तो दूसरा माइनस का वन अपॉन थ्री है, कहते हैं नॉट इक्वल ए वन ए टू नॉट इक्वल टू बी वन बी टू, इट मीनस ए पार्ट इंटरसैक्टिंग लाइनस का आंसर आऊगा। 25 नंबर क्वेश्चन भी 24 नंबर क्वेश्चन वर्गा ही हैगा, ये असी ग्राफ ऑफ इक्वेशन फाइंड करनी है। ये भी असी इन्हों कंपेयर करा एक्स दैल्यूज़ में वाई दैल्यूज़ में मैं कंपेयर करा, जो सेम साइन होंगे वो भी रब कर दिया करो। हम देखो इन्हों जो आप कंपेयर करा तो इन्हों की कटिंग की वन पॉइंट टू आ गया, इन्हों की कटिंग की वन पॉइंट टू आ गया, इन्हों की कटिंग की वन पॉइंट टू आ गया, सारे इक्वल आ गए, इट मीनस को इंसीडेंट लाइनस बी पर। 26 नंबर क्वेश्चन के इक्वेशन एक्स की वैल्यू भी 3 दी और एक्स की वैल्यू माइनस 4 दी है, तो कहते ग्राफ किदा का होगा, तुम ड्रॉ करके देख लो। ए एक्स एक्सिस पॉजिटिव है, एक्स एक्सिस नैगेटिव, नैगेटिव का 4 मान लो इतने आ, तो पॉजिटिव का 3 मान लो इतने आ, हूँ इक्ो लाइन के उपर है ना, तो इक्ो लाइन के उपर ही आ रहे, इट मीनस जो इक्ो लाइन के उपर आ ना, तो इंटरसैक्टिंग लाइनस आ ना पैलर आ, ये को इंसीडेंट लाइनस का आंसर बी पार्ट आएगा। 27 नंबर क्वेश्चन के भी वाई दियाँ ही दोवें वैल्यूज़ आ, तो वाई उपर दोवें पॉजिटिव दी हैं, तो दोवें पॉजिटिव दियाँ भी इक्ो लाइन के उपर शो हो रही हैं, इट मीनस ये भी को इंसीडेंट लाइन। 28 नंबर क्वेश्चन के टू एक्स फोर के इक्वल दिता आ, एक्स तो वाई का सोल्यूशन फाइंड करना असी। देखो टू जरा इधर फोर दिन जाके डिवाइड हो गया, तो एक्स की वैल्यू कितनी आ गई टू, एक्स की वैल्यू टू आ गई, हूँ वाई की वैल्यू फाइंड करनी है, थ्री वाई इज इक्वल माइनस नाइन आ, यह जरा थ्री इधर वाले पास आ, नाइन ना जाके डिवाइड हो जाएगा, तो माइनस का थ्री आ गया, ए पार्ट का आंसर। 9 नंबर क्वेश्चन के एक्स की वैल्यू भी जीरो दी है, तो वाई की वैल्यू भी जीरो दी है, इट मीनस ए पार्ट का आंसर आऊगा। 30 नंबर क्वेश्चन के टू एक्स इज इक्वल थ्री वाई दे दिता, जो एक्स तो वाई इक्वल होन, इट मीनस वो ओरिजन में पास होंगे बी।